समाज सेवा चैनल देख रहे सारे दर्शकों का हार्दिक स्वागत करते हैं। जिमें कि तुसी देखते ही हो कि असी हर बार एक नवे पिंड लैके उतों के पिंड हो रहे विकास के बारे तुहानू जाणू करवाउंदे हां। अते इस बार असी पहुंचे हां हलका बाबा बकाला के पिंड जलालाबाद। इतों की कहानी कुछ होर ही है। इतों के सरपंच का कहना है कि उसके कांग्रसी ना होने के कारण कांग्रेस सरकार के दबाव के चलदियां इस पिंड विकास ही नहीं हो रहा और उसके उपर कांग्रेसी धिर का दबाव बनया होया। अभी जो सा टीम द्वारा कांग्रेस धिर के उम्मीदवारों के गलबात की गई तो उन्होंने कहा कि सरपंच साहब साढ़े तो साथ मांग ही नहीं रहे, असी पिंड की भलाई के लिए उन्होंने सहयोग करने बिल्कुल तैयार हाँ। हाँ जी सरपंच साहब, कि पिंड विकास है इस वक्त चल रहे हैं? पिंड विकास कोई चल नहीं रहा जी। जी गुरु नानक देव जी के 550 साल के पैसे आए हड़े 1 करोड़ रुपये ग्रांट जी। हाँ जी पिंड के क्रिटिकल दबा करके कोई काम नहीं चलन रहा जी, ना हमें गवर्नमेंट को कोई इंसाफ मिला जी। जी हाँ जी क्रिटिकल दबा की है जी? क्रिटिकल दबा यही जी MLA साहब हल्का इंचार्ज आ जी, कांग्रेस के अजे अं कल ही हाँ जी। हाँ जी ਤੇ ਕੀ ਗੱਲ, ਤੁਹਾਡੇ ਮੈਂਬਰ ਨੇ ਪੂਰੇ ਇਸ ਕਰਕੇ ਨਹੀਂ ਚੱਲ ਰਿਹਾ ਜਾਂ ਕੀ ਹੋਰ ਕੋਈ ਹੋਰ? ਕੋ 4 ਮੈਂਬਰ ਆ, 5 ਮੈਂਬਰ ਉੱਧਰ ਆ ਜੀ, ਸਾਡੇ ਕੋਲ ਕੋਰਮ ਪੂਰਾ ਨਹੀਂ ਆ। ਕ੍ਰਿਟੀਕਲ ਦਬਾਅ ਕਰਕੇ ਜੇ ਪਿੰਡ ਦਾ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਪਿੰਡ 'ਚ ਭਾ ਕੇ ਵੀ ਸਾਂਝੇ ਤੌਰ 'ਤੇ ਕੰਮ ਚਲਾ ਸਕਦੇ ਸੀ ਜੀ। 2 ਸਾਲ ਹੋ ਗਏ ਜੀ ਧਰਨ ਮੰਗਣ ਨੂੰ, ਇਸ ਟਾਈਮ ਕੋਈ ਵੀ ਕੰਮ ਅਜੇ ਤੱਕ ਨਹੀਂ ਪਿੰਡ ਦਾ ਹੋਇਆ? ਮੈਂ ਇੱਕ ਵੀ ਨਹੀਂ ਹੋਇਆ ਜੀ ਸਾਡੇ ਪਿੰਡ ਦਾ ਜੀ। ਜੀ ਇੱਕ ਮੋਦੀ ਸਰਕਾਰ ਵੱਲੋਂ ਜਿਹੜਾ ਖੇਤੀ ਆਰਡੀਨੈਂਸ ਲੈ ਕੇ ਆਏ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਆਰਡੀਨੈਂਸ ਤਾਂ ਬਹੁਤ ਨੁਕਸਾਨ ਦਾ ਜੀ, ਜੀ ਜ਼ਿਮੀਦਾਰਾਂ ਵਾਸਤੇ ਬਹੁਤ ਨੁਕਸਾਨ ਦਾ ਜੀ ਆਰਡੀਨੈਂਸ ਜੀ। ਹਾਂਜੀ ਅਤੇ ਤੁਹਾਡੇ ਪਿੰਡ 'ਚ ਕੋਈ ਲਾਇਬ੍ਰੇਰੀ, ਡਿਸਪੈਂਸਰੀ, ਕੋਈ ਪਸ਼ੂਆਂ ਦਾ ਹਸਪਤਾਲ ਹੈਗਾ ਜੀ? ਦੇਖੋ ਜੀ ਪਸ਼ੂਆਂ ਦਾ ਹਸਪਤਾਲ ਹੈਗਾ ਸੀ, ਕਾਂਗਰਸ ਸਰਕਾਰ ਨੇ ਵੀ ਖਤਮ ਕਰ ਦਿੱਤਾ ਜੀ, ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਚੱਲਦਾ ਰਿਹਾ ਜੀ। ਡਿਸਪੈਂਸਰੀ ਵੀ ਡਾਕਟਰ ਆਉਂਦੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ 'ਤੇ, ਕੋਈ ਹੁਣ ਤਾਂ ਖਤਮ ਹੋ ਗਈ, ਨਾ ਦਵਾਈ ਮਿਲਦੀ ਆ। ਇਸ ਟਾਈਮ ਬਿਲਕੁਲ ਬੰਦ ਨੇ? ਨਹੀਂ ਆਉਂਦੇ ਹੈ ਡਾਕਟਰ ਪਰ ਦਵਾਈ ਨਹੀਂ ਮਿਲ ਰਹੀ ਜੀ। ਹਾਂਜੀ ਅਤੇ ਆਪ ਜੀ ਦੇ ਪਿੰਡ ਵਿੱਚ ਸਰਕਾਰੀ ਸਕੂਲ ਹੈਗੇ ਨੇ? ਸਰਕਾਰੀ ਸਕੂਲ ਹੈਗੇ ਜੀ, ਵਧੀਆ ਚੱਲ ਰਹੇ ਨੇ? ਹਾਂਜੀ ਵਧੀਆ ਚੱਲਣ ਦੇ, ਟੀਚਰ ਸਕੂਲ ਵਧੀਆ ਜੀ। ਹਾਂਜੀ ਹਾਂਜੀ ਹੈਲੋ ਜੀ ਦਰਸ਼ਕ ਵੀਰੋ, ਹੁਣ ਸਾਡੇ ਨਾਲ ਸਰਦਾਰ ਹਰਪਾਲ ਸਿੰਘ ਮੌਜੂਦਾ ਸੰਮਤੀ ਮੈਂਬਰ ਮੌਜੂਦ ਨੇ, ਸਾਬਕਾ ਸਰਪੰਚ ਵੀ ਰਹੇ ਨੇ, ਕਰਦੇ ਹਾਂ ਗੱਲਬਾਤ ਇਹਨਾਂ ਨਾਲ। ਸਭ ਤੋਂ ਪਹਿਲਾਂ ਸਰਪੰਚ ਸਾਹਿਬ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਸਰਪੰਚ ਸਾਹਿਬ ਜੀ, ਅਸੀਂ ਅਮਰੀਕ ਸਿੰਘ ਕੋਲ ਕੁਝ ਬਿਆਨ ਲਏ ਨੇ, ਉਹ ਕਹਿੰਦੇ ਨੇ ਵੀ ਕਾਂਗਰਸ ਪਾਰਟੀ ਦਾ ਬਹੁਤ ਦਬਾਅ ਹੈ ਅਤੇ ਪਿੰਡ ਦੇ ਵਿੱਚ ਕੋਈ ਵੀ ਜਿਹੜਾ ਕਾਰੋਬਾਰ ਕੰਮ ਨਹੀਂ ਚੱਲ ਰਿਹਾ ਵਿਕਾਸ ਦਾ। ਭਾਅ ਜੀ ਇਹਦੇ 'ਚ ਪੋਲੀਟੀਕਲ ਦਬਾਅ ਵਾਲੀ ਤਾਂ ਕੋਈ ਗੱਲ ਨਹੀਂ, ਸਰਪੰਚ ਸਾਹਿਬ ਜੋ ਕਹਿ ਰਹੇ ਆ ਉਹ ਆਪਣੀ ਸੋਚ ਮੁਤਾਬਕ ਕਹਿ ਰਹੇ ਆ ਜੀ। ਜਦੋਂ ਕਿ ਅਮਰੀਕ ਸਿੰਘ ਨੇ ਅਜੇ ਤੱਕ ਸਾਡੇ ਮੈਂਬਰਾਂ ਕੋਲੋਂ ਕਦੀ ਸਹਿਯੋਗ ਹੀ ਨਹੀਂ ਮੰਗਿਆ ਜੀ, ਅਸੀਂ ਤਾਂ ਵੇਟ ਕਰਦੇ ਹਾਂ ਕਿਉਂਕਿ ਵੇਖੋ ਕਾਂਗਰਸ ਸਰਕਾਰ ਨੇ ਲਗਭਗ ਕੋਈ 35-40 ਲੱਖ ਰੁਪਈਆ ਗ੍ਰਾਂਟ ਜਾਰੀ ਕੀਤੀ ਆ ਜੀ। ਗੁਰੂ ਨਾਨਕ ਦੇਵ ਜੀ ਸਕੀਮ ਦੇ ਵਿੱਚ MLA ਸਾਹਿਬ ਦੇ ਜਤਨਾ ਸਦਕਾ ਜਿਹੜੀ ਉਹ 1 ਕਰੋੜ ਰੁਪਈਆ ਗ੍ਰਾਂਟ ਮਿਲੀ ਆ ਜੀ। ਸਰਪੰਚ ਸਾਹਿਬ ਆਪੇ ਨਾ ਇੱਕ ਸਾਡੇ ਕਸ਼ਮੀਰ ਸਿੰਘ ਮੈਂਬਰ ਦੇ ਸਾਈਨ ਜਾਲੀ ਕਰਕੇ ਜੀ ਕੋਰਮ ਸਾਬਤ ਕਰਨਾ ਚਾਹੁੰਦੇ ਆ ਜੀ, ਜਿਹਦੇ ਇੱਕ ਜਿਹਦਾ ਉਹਨਾਂ 'ਤੇ ਕਾਨੂੰਨੀ ਕਾਰਵਾਈ ਵੀ ਹੋ ਚੁੱਕੀ ਆ। ਸਰਪੰਚ ਸਾਹਿਬ ਸਹਿਯੋਗ ਮੰਗਣ, ਪਿੰਡ ਦੀ ਪੜ੍ਹਾਈ ਲਈ ਅਸੀਂ ਸਹਿਯੋਗ ਦੇਣ ਨੂੰ ਤਿਆਰ, ਸਹਿਯੋਗ ਮੰਗਦੇ ਹੀ ਨਹੀਂ, ਉਹ ਆਪਣੀ ਆਕੜ ਦੇ ਵਿੱਚ ਹੀ ਰਹੀ ਜਾਂਦੇ ਆ ਜੀ। ਇੱਕ ਜੀ ਸਰਪੰਚ ਸਾਹਿਬ ਹੋਣਾ ਕਿਹਾ ਵੀ ਪਿੰਡ ਦੇ ਵਿੱਚ ਲਾਇਬ੍ਰੇਰੀ ਔਰ ਡਿਸਪੈਂਸਰੀ ਦਾ ਬਹੁਤ ਮੰਦਾ ਹਾਲ ਹੈ, ਕੋਈ ਡਾਕਟਰ ਨਹੀਂ, ਕਿਸੇ ਨੂੰ ਵੀ ਦਵਾਈ ਨਹੀਂ ਮਿਲੀ, ਕੀ ਗੱਲ ਇਹ ਸੱਚ ਆ? ਬਿਲਕੁਲ ਉਹਨਾਂ ਦੀ ਗੱਲ ਸੱਚ ਆ ਜੀ। ਜਿਹੜੀ ਵੈਟਰਨਰੀ ਹੋਸਪਿਟਲ ਆ ਜੀ ਉਹ ਪਿਛਲੇ ਲਗਭਗ ਕੋਈ 12-13 ਸਾਲ ਤੋਂ ਇੱਥੇ ਕੋਈ ਡਾਕਟਰ ਨਹੀਂ ਇੱਥੇ ਕੰਮ ਕਰ ਰਿਹਾ ਸਰਕਾਰੀ ਤੌਰ 'ਤੇ ਜੀ। ਬਿਲਡਿੰਗ ਆ ਜਿਹੜੀ ਉਹਦੇ 'ਚ ਵੀ ਰੁੱਖ ਛੱਤਾਂ ਦੇ ਵਿੱਚ ਉੱਗ ਚੁੱਕੇ ਆ ਜੀ। ਸਾਡੀ ਸਰਕਾਰ ਆਉਣ 'ਤੇ MLA ਸਾਹਿਬ ਨੇ ਡਾਇਰੈਕਟਰ ਸਾਹਿਬ ਨੂੰ ਕਹਿ ਕੇ ਇਹਦਾ ਜਿਹੜਾ ਮੁਆਇਨਾ ਸਾਰਾ ਕਰਵਾਇਆ ਸੀ ਜੀ। ਹੁਣ ਜਿਹੜੀ ਇਹ ਨਵੀਂ ਬਿਲਡਿੰਗ ਵਾਸਤੇ ਜਿਹੜੇ ਫੰਡ ਜਿਹੜੇ ਆ MLA ਸੰਤੋਖ ਸਿੰਘ ਭਲਾਈਪੁਰ ਸਾਹਿਬ ਵੱਲੋਂ ਜਿਹੜੇ ਜਾਰੀ ਕਰਵਾਏ ਜਾ ਰਹੇ ਆ, ਔਰ ਡਾਕਟਰ ਦੀ ਨਿਯੁਕਤੀ ਵੀ ਜਿਹੜੀ ਆ ਉਹ ਆਉਣ ਵਾਲੇ ਕੁਛ ਦਿਨਾਂ ਵਿੱਚ ਹੋਣ ਜਾ ਰਹੀ ਆ ਜੀ। ਇੱਕ ਜੀ ਸਰਕਾਰ ਵੱਲੋਂ ਜਿਹੜੇ ਖੇਤੀ ਆਰਡੀਨੈਂਸ ਲੈ ਕੇ ਆਈ ਇਹਨਾਂ ਦਿਨ ਜੀ, ਅਤੇ ਉਹ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਵੇਖੋ ਜੀ ਮੋਦੀ ਸਰਕਾਰ ਨੇ ਹਮੇਸ਼ਾ ਹੀ ਜੀ ਜਦੋਂ ਦੇ ਬਣੇ ਆ ਕਿਸਾਨਾਂ ਦੇ ਪੱਖ ਦੇ ਵਿੱਚ ਧਾਰੀ ਸੋਚਿਆ, ਜਿਹੜੇ ਆਰਡੀਨੈਂਸ ਆ ਉਹ ਕਿਸਾਨ ਮਾਰੂ ਆ ਜੀ, ਜਿਹਦੇ ਖਿਲਾਫ਼ ਸਾਡੇ ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਆਵਾਜ਼ ਜਿਹੜੀ ਉਹਨਾਂ ਕਿਸਾਨਾਂ ਦੇ ਹੱਕ 'ਚ ਡਟ ਕੇ ਖਲੋਤੇ ਆ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਰੇ ਨਤੀਜਿਆਂ ਦਾ ਪਤਾ ਲੱਗ ਜੂਗਾ ਕਾਂਗਰਸ ਸਰਕਾਰ ਕੈਪਟਨ ਸਾਹਿਬ ਕਿਸਾਨਾਂ ਦੇ ਹੱਕ 'ਚ ਕੀ ਕਰਦੇ ਅਤੇ ਮੋਦੀ ਨੇ ਅਕਾਲੀਆਂ ਨਾਲ ਰਲ ਕੇ ਕੀ ਕੀਤਾ ਜੀ। ਅਤੇ ਇਸ ਤੋਂ ਬਾਅਦ ਹੋਰ ਵੀ ਜਦੋਂ ਪਿੰਡ ਦੇ ਮੋਤਵਾਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੇ ਕੀ ਕਿਹਾ ਆਓ ਦੇਖਦੇ ਹਾਂ। ਹੈਲੋ ਜੀ ਦਰਸ਼ਕ ਵੀਰੋ, ਹੁਣ ਸਾਡੇ ਨਾਲ ਨੰਬਰਦਾਰ ਹਰਬੰਸ ਸਿੰਘ ਮੌਜੂਦ ਨੇ, ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਪੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੰਬਰਦਾਰ ਸਾਹਿਬ, ਤੁਹਾਨੂੰ ਪਿੰਡ ਬਾਰੇ ਜਾਣਕਾਰੀ ਦਿਓ, ਕਿਸ ਤਰ੍ਹਾਂ ਪਿੰਡ ਦੇ ਵਿਕਾਸ ਚੱਲ ਰਹੇ ਨੇ?
ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਕਿਤੇ ਮੈਂਬਰ ਦੇ ਚਾਰ ਮੈਂਬਰ, ਇੱਕ ਮੈਂਬਰ ਉਹਦਾ ਘੱਟ ਆ ਜੀ, ਉਹਦਾ ਵਿਕਾਸ ਸਾਰਾ ਪਿੰਡ 'ਚ ਬੰਦ ਹੋਇਆ ਜੀ, ਅਤੇ ਉਹਦੇ 'ਚ ਪਿੰਡਾਂ ਦੇ ਵਿੱਚ ਕੋਈ ਕੰਮ ਨਹੀਂ ਚੱਲ ਰਿਹਾ ਜੀ, ਨਾ ਨਾ ਪੰਚਾਇਤ ਦਾ, ਦੋਵੇਂ ਪੰਚਾਇਤਾਂ ਨਾ ਕੰਮ ਹੀ ਕਰਦੀਆਂ, ਨਾ ਦੋ ਪੰਚਾਇਤਾਂ ਬਣੀਆਂ ਜੀ, ਅਤੇ ਇੱਕ ਪੰਚਾਇਤ ਉਦੋਂ ਰੋਕ ਰੋਕ ਰਕਾਈ ਆ, ਦੋਵੇਂ ਇੱਕ ਦੂਜੇ ਦੇ ਕਰੀ ਜਾਂਦੇ ਆ ਜੀ, ਕੋਈ ਹਸਪਤਾਲ ਬੰਦ ਆ, ਕੋਈ ਪਸ਼ੂਆਂ ਦਾ ਹਸਪਤਾਲ ਹੈ ਨਹੀਂ ਇੱਥੇ, ਨਾ ਡੰਗਰਾਂ ਦਾ ਜੀ, ਅਤੇ ਕੋਈ ਹੌਲੀ ਹੌਲੀ ਕੋਈ ਕੰਮ ਸਾਰੇ ਵਿਕਾਸ ਬੰਦ ਆ ਪਿੰਡ ਦੇ ਜੀ। ਪਸ਼ੂਆਂ ਦਾ ਹਸਪਤਾਲ ਕਿੰਨੇ ਟਾਈਮ ਤੋਂ ਬੰਦ ਆ ਜੀ? ਇਹਨੂੰ ਪੰਜ ਸੱਤ ਦਸ ਸਾਲ ਹੀ ਹੋ ਗਏ ਨੇ ਜੀ। ਪਹਿਲਾਂ ਚੱਲਦਾ ਸੀ? ਪਹਿਲਾਂ ਚੱਲਦਾ ਹੈ ਜੀ। ਅਤੇ ਕੋਈ ਲਾਇਬ੍ਰੇਰੀ ਡਿਸਪੈਂਸਰੀ ਹੈਗੀ ਪਿੰਡ 'ਚ? ਉਹ ਵੀ ਬੰਦ ਆ। ਉਹ ਵੀ ਬੰਦ ਆ ਜੀ? ਉਹ ਵੀ ਪਹਿਲਾਂ ਚੱਲਦੀ ਸੀ? ਉਹ ਵੀ ਪਹਿਲਾਂ ਚੱਲਦੀ ਜੀ। ਉਹ ਪੰਚਾਇਤ ਵੱਲੋਂ ਕੋਈ ਪੰਚਾਇਤ ਦਾ ਕੰਮ ਨਹੀਂ ਹੋ ਰਿਹਾ, ਕੰਮ ਰੁਕ ਗਿਆ ਜੀ। ਲਾਇਬ੍ਰੇਰੀ ਇੱਕ ਜੀ, ਮੋਦੀ ਸਰਕਾਰ ਵੱਲੋਂ ਜਿਹੜੇ ਤਿੰਨ ਖੇਤੀ ਓਰਡੀਨੈਂਸ ਲੈ ਕੇ ਆਏ, ਉਹ ਕਿਸ ਤਰ੍ਹਾਂ ਵੇਖਦੇ ਹੋ ਤੁਸੀਂ? ਉਹ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ ਜੀ। ਜੇ ਮੋਦੀ ਸਰਕਾਰ ਨੇ ਗਲਤ ਕੰਮ ਕੀਤਾ ਸਾਰਾ ਜੀ, ਸਰਕਾਰ ਨੇ ਸਾਰਾ ਕੰਮ ਗਲਤ ਕੀਤਾ ਜੀ, ਅਤੇ ਕਿਸਾਨਾਂ ਨੇ, ਕਿਸਾਨਾਂ ਖੇਤੀਬਾੜੀ ਕਰਕੇ ਅਨਾਜ ਪੈਦਾ ਕਰਦਾ ਹੈ ਕਿਸਾਨ ਜੀ, ਕਿਸਾਨ ਦਾ ਅਨਾਜ ਹੀ ਪੰਜਾਬ 'ਚ ਬੰਦ ਹੋਇਆ ਜੀ, ਕਿਸਾਨਾਂ ਵਾਸਤੇ ਮਾੜੇ ਨੇ, ਕਿਸਾਨਾਂ 'ਤੇ ਮਾੜੇ ਮੋਦੀ ਸਰਕਾਰ ਜੀ। ਹੈਲੋ ਜੀ ਦਰਸ਼ਕ ਵੀਰੋ, ਹੁਣ ਸਾਡੇ ਨਾਲ ਲੰਬੜਦਾਰ ਮੇਜਰ ਸਿੰਘ ਮੌਜੂਦ ਨੇ, ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਸਰਦਾਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂ ਲੰਬੜਦਾਰ ਸਾਹਿਬ, ਪਿੰਡ ਦੇ ਬਾਰੇ ਜਾਣਕਾਰੀ ਦਿਓ, ਕਿਸ ਤਰ੍ਹਾਂ ਤੁਹਾਡੇ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਚੱਲ ਰਹੇ ਨੇ? ਵੇਖੋ ਜੀ, ਵਿਕਾਸ ਦਾ ਕੰਮ ਤਾਂ ਇਸ ਵੇਲੇ ਬੰਦ ਪਿਆ ਵਾ ਜੀ, ਗਰਾਹਟ ਵੀ ਆਈ ਆਉਂਦੀ ਆ ਅਤੇ ਪਰ ਲੱਗ ਨਹੀਂ ਰਹੀ ਜੀ। ਇਹ ਦੋਵੇਂ, ਇੱਕ ਸਰਪੰਚ ਹਰਪਾਲ ਸਿੰਘ, ਇੱਕ ਅਮਰੀਕ ਸਿੰਘ ਆ ਜੀ, ਇਹਨਾਂ ਨੂੰ ਚਾਹੀਦਾ ਵੀ ਰਲ ਮਿਲ ਕੇ ਪਿੰਡ ਬਾਰੇ ਸੋਚਣਾ ਚਾਹੀਦਾ, ਪਿੰਡ ਵਿੱਚ ਲਾਉਣੇ ਚਾਹੀਦੇ ਪੈਸੇ ਜੀ। ਹਾਂਜੀ। ਅਤੇ ਇਹ ਜਿਹੜੇ ਅਮਰੀਕ ਸਿੰਘ ਸਰਪੰਚ ਆ, ਕੀ ਗੱਲ ਉਹ ਪੈਸੇ ਕਿਉਂ ਨਹੀਂ ਲਾ ਰਹੇ? ਉਹਨਾਂ ਦੇ ਜੀ ਮੈਂਬਰ ਚਾਰ ਆ ਅਤੇ ਘੱਟ ਇੱਕ ਮੈਂਬਰ ਜੀ। ਹਾਂਜੀ। ਇਸ ਕਰਕੇ ਨਹੀਂ ਚੱਲ ਰਿਹਾ? ਇਸ ਕਰਕੇ ਨਹੀਂ ਚੱਲ ਰਿਹਾ ਅਤੇ ਉੱਦਾਂ ਰਲ ਮਿਲ ਕੇ ਦੋਵਾਂ ਮੈਂਬਰ ਸਰਪੰਚਾਂ ਨੂੰ ਕੰਮ ਕਰਨਾ ਚਾਹੀਦਾ ਪਿੰਡ 'ਚ, ਕਰਨਾ ਚਾਹੀਦਾ। ਹਾਂਜੀ। ਤੁਹਾਡੇ ਪਿੰਡ ਵਿੱਚ ਕੋਈ ਪਸ਼ੂਆਂ ਦਾ ਹਸਪਤਾਲ, ਡਿਸਪੈਂਸਰੀ, ਕੋਈ ਲਾਇਬ੍ਰੇਰੀ ਹੈਗੀ? ਹਾਂਜੀ, ਪਸ਼ੂਆਂ ਦਾ ਹਸਪਤਾਲ ਤਾਂ ਹੈਗਾ ਪਰ ਉਹਦੀ ਹਾਲਤ ਬਹੁਤ ਮਾੜੀ ਆ, ਨਾ ਕੋਈ ਉੱਥੇ ਕੋਈ ਡਾਕਟਰ ਹੈਗਾ ਵਾ ਜੀ, ਨਾ ਕੋਈ ਉੱਥੇ ਕੰਮ ਹੈ, ਕੋਈ ਇਹੋ ਜਿਹਾ ਸਹੀ ਹੈ ਨਹੀਂ। ਡਿਸਪੈਂਸਰੀ? ਡਿਸਪੈਂਸਰੀ ਵੀ ਨਹੀਂ ਹੈਗੀ ਜੀ। ਹਾਂਜੀ। ਅਤੇ ਕੀ ਮੰਗ ਕਰਦੇ ਹੋ ਸਰਕਾਰ? ਅਸੀਂ ਸਰਕਾਰ ਕੋਲ ਇਹੋ ਮੰਗਾਂ ਕਰਦੇ ਵੀ ਪਿੰਡ ਵਿੱਚ ਵਧੀਆ ਵਿਕਾਸ ਹੋਣਾ ਚਾਹੀਦਾ ਅਤੇ ਡਿਸਪੈਂਸਰੀ ਔਰ ਹਸਪਤਾਲ ਵਧੀਆ ਹੋਣਾ ਚਾਹੀਦਾ, ਉਹਦੇ ਵਿੱਚ ਡਾਕਟਰ ਵੀ ਵਧੀਆ ਭੇਜਣੇ ਚਾਹੀਦੇ ਜੀ। ਕਿੰਨੇ ਚਿਰ ਤੋਂ ਲੰਬੜਦਾਰ ਕਹਿਤਾ ਤੁਸੀਂ? ਮੈਨੂੰ ਤਾਂ ਥੋੜ੍ਹਾ ਚਿਰ ਹੀ ਹੋਇਆ, ਦੋ ਕੁ ਸਾਲ ਹੋਏ ਜੀ। ਹਾਂਜੀ। ਅਤੇ ਇੱਕ ਜੀ, ਸਰਕਾਰ ਵੱਲੋਂ ਖੇਤੀ ਓਰਡੀਨੈਂਸ ਲੈ ਕੇ ਆਏ ਨੇ ਮੋਦੀ ਸਰਕਾਰ, ਕਿ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੂੰ ਤੁਸੀਂ? ਓਰਡੀਨੈਂਸ ਜਿਹੜਾ ਲੈ ਕੇ ਉਹ ਤਾਂ ਕਿਸਾਨਾਂ ਵਾਸਤੇ, ਉਹ ਕਿਸਾਨਾਂ ਨੂੰ ਘਾਟਾ ਹੀ ਆ ਜੀ। ਹਾਂਜੀ, ਕੋਈ ਫਾਇਦਾ ਨਹੀਂ ਹੈਗਾ ਅਤੇ ਘਾਟਾ ਹੀ ਘਾਟਾ ਮੈਨੂੰ ਜੀ। ਹੈਲੋ ਜੀ ਦਰਸ਼ਕ ਵੀਰੋ, ਹੁਣ ਸਾਡੇ ਨਾਲ ਨੰਬਰਦਾਰ ਹਰਬੰਸ ਸਿੰਘ ਮੌਜੂਦ ਨੇ, ਹਰਵੰਤ ਸਿੰਘ ਮੌਜੂਦ ਨੇ, ਕਰਦੇ ਹਾਂ ਗੱਲਬਾਤ। ਹਾਂ ਨੰਬਰਦਾਰ ਸਾਹਿਬ ਜੀ, ਪਿੰਡ ਬਾਰੇ ਜਾਣਕਾਰੀ ਦਿਓ, ਕਿਸ ਤਰ੍ਹਾਂ ਕਿੱਦਾਂ ਵਿਕਾਸ ਦੇ ਕੰਮ ਚੱਲ ਰਹੇ ਨੇ? ਬਿਲਕੁਲ ਰੁਕੇ ਹੋਏ ਜੀ, ਕੋਈ ਨਹੀਂ ਚੱਲ ਰਿਹਾ ਜੀ, ਕਿਉਂਕਿ ਜਿਹੜਾ ਸਰਪੰਚ ਆ ਉਹਦੇ ਕੋਲ ਬਹੁਮਤ ਨਹੀਂ ਹੈਗੀ, ਜੇਕਰ ਦੂਸਰੀ ਪਾਰਟੀ ਵੱਲੋਂ ਕੰਮ ਚਲਾਉਣਾ ਚਾਹੀਦਾ ਤਾਂ ਫਿਰ ਵੀ ਨਹੀਂ ਚੱਲਣ ਦਿੰਦਾ, ਕੋਈ ਨਾ ਕੋਈ ਰੁਕਾਵਟ ਪਾ ਦਿੰਦਾ ਜੀ। ਉਹਦੇ ਵਿੱਚ ਸਾਡੇ ਕੋਲ ਘੱਟੋ ਘੱਟ ਗ੍ਰਾਂਟ ਜਿਹੜੀ 1 ਕਰੋੜ ਆਈ ਪਈ ਆ ਜੀ, 30 ਲੱਖ ਰੁਪਈਆ ਪੰਜਾਬ ਗੌਰਮੈਂਟ ਵੱਲੋਂ ਵੀ ਦਿੱਤਾ ਗਿਆ ਜੀ, ਪਰ ਹਾਲੇ ਉਹ ਸਭ ਕੁਛ ਪੈਂਡਿੰਗ ਪਿਆ ਵਾ, ਹੁਣ ਪ੍ਰਬੰਧਕ ਲੱਗਾ ਵਾ, ਸ਼ਾਇਦ ਕੁਝ ਦਿਨਾਂ ਤੱਕ ਗਵਰਨਮੈਂਟ ਦਾ ਕੰਮ ਚੱਲ ਪਵੇ ਜੀ। ਨੰਬਰਦਾਰ ਸਾਹਿਬ, ਆਪ ਜੀ ਦੇ ਪਿੰਡ ਵਿੱਚ ਕੋਈ ਲਾਇਬ੍ਰੇਰੀ, ਡਿਸਪੈਂਸਰੀ, ਕੋਈ ਪਸ਼ੂਆਂ ਦਾ ਹਸਪਤਾਲ ਹੈਗਾ? ਪਸ਼ੂਆਂ ਦਾ ਹੋਸਪਿਟਲ ਹੈਗਾ, ਪਿਛਲੇ 20 ਸਾਲ ਤੋਂ ਬੰਦ ਹੀ ਪਿਆ ਜੀ, ਖੋਲ੍ਹੇ ਆ ਜੀ, ਅਤੇ ਜਿਹੜੀ ਡਿਸਪੈਂਸਰੀ ਆ ਉਹਦੇ 'ਚ ਡਾਕਟਰ ਕੋਈ ਨਹੀਂ ਆ, ਹੁਣ ਸ਼ਾਇਦ ਆਉਣ ਦੇ ਚਾਂਸ ਹੈ ਜੀ। ਇੱਕ ਮੋਦੀ ਸਰਕਾਰ ਵੱਲੋਂ 3 ਓਰਡੀਨੈਂਸ, ਖੇਤੀ ਓਰਡੀਨੈਂਸ ਲੈ ਕੇ ਆਏ ਨੇ, ਤੁਸੀਂ ਉਹ ਕਿਸ ਤਰ੍ਹਾਂ ਦੇਖਦੇ ਹੋ? ਉਹ ਬਿਲਕੁਲ ਕਿਸਾਨ ਮਾਰੂਗਾ, ਕਿਸੇ ਵੀ ਕਿਸਮ ਦਾ ਉਹਦੇ ਨਾਲ ਕੋਈ ਕਿਸਾਨਾਂ ਦਾ ਫਾਇਦਾ ਹੋਣ ਵਾਲਾ ਨਹੀਂ, ਕਿਉਂਕਿ ਉਹ ਹਰ ਪੱਖ ਤੋਂ ਪਿਛਾਂਹ ਖਿੱਚੂ ਜੀ। ਅਤੇ ਤੁਹਾਨੂੰ ਕਿੰਨੇ ਸਾਲ ਹੋ ਗਏ ਨੇ ਜੀ ਨੰਬਰਦਾਰੀ ਕਰਦਿਆਂ ਨੂੰ? ਮੈਂ ਲਗਭਗ 1997 ਤੋਂ ਨੰਬਰਦਾਰ ਹਾਂ ਮੌਜੂਦਾ, ਉਸ ਤੋਂ ਪਹਿਲਾਂ ਮੈਂ ਮੈਂਬਰ ਪੰਚਾਇਤ ਰਹਿ ਚੁੱਕਾ 10 ਸਾਲ ਜੀ। ਬਹੁਤ ਬਹੁਤ ਧੰਨਵਾਦ।